ਖਰਾਬ ਹੋ ਚੁੱਕਿਆ ਬਾਈ ਜੀ, ਦਿਖਾ ਰਿਹਾ ਤੁਹਾਨੂੰ ਇੱਧਰ ਰੌਕੀ ਵੀ ਜੰਮ ਗਿਆ। ਦੇਖ ਸਕਦੇ ਹੋ ਮੌਸਮ ਪੂਰਾ ਬਹੁਤ ਗਰਮੀ ਸੀ, ਅੱਜ ਮੌਸਮ ਦੇ ਸਾਰਾ ਬਾਰਿਸ਼ ਹੋਣ ਦੇ ਉੱਪਰ ਪੂਰੀ ਤਿਆਰੀ ਆ, ਲਿਸ਼ਕ ਰਹੀ ਆ ਬਿਜਲੀ। ਉਹ ਉੱਥੋਂ ਸਾਹਮਣੇ ਦੇਖੋ ਬਹੁਤ ਜ਼ਬਰਦਸਤ ਲਿਸ਼ਕ ਜੀ ਹੈ ਸਿਰ 'ਤੇ ਹੀ। ਤਿਆਰੀ ਆ ਬਾਈ, ਦਿਖਾ ਰਿਹਾ ਤੁਹਾਨੂੰ ਬਾਰਿਸ਼ ਦੀ, ਪਰਮਾਤਮਾ ਕਰੇਗੀ ਗਰਮੀ ਬਹੁਤ ਆ, ਤੁਹਾਨੂੰ ਪਤਾ ਹੀ ਆ 47-48 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਬਾਈ ਜੀ। ਅੱਜ ਬਹੁਤ ਹੀ ਖੁਸ਼ੀ ਆ ਜੀ ਬਾਰਿਸ਼ ਦੀ, ਪਰ ਬਿਜਲੀ ਬਾਈ ਰਿਕਾਰਡਿੰਗ ਤਾਂ ਕਰੀ ਰਿਹਾ ਸਿਰ 'ਤੇ ਆ ਜਾਵਾਂ। ਉਹ ਸਾਹਮਣੇ ਇੱਥੇ ਲਿਸ਼ਕਦੀ ਹੈ ਬਿਜਲੀ, ਰਿਕਾਰਡ ਕਰਨੀ ਆ ਵਾ ਦਿਖਾਵਾਂਗੇ ਤੁਹਾਨੂੰ ਬਾਈ। ਉੱਥੋਂ ਚੱਲੂਗੀ, ਉਹ ਸਾਹਮਣੇ ਦੇਖ ਸਕਦੇ ਹੋ ਜੀ ਉੱਥੇ ਲਿਖੀ, ਉਹ ਸਾਹਮਣੇ ਉਹ ਗਰੁੱਪ ਨਹੀਂ ਦੇਖਦੇ ਆਹ ਆਹ ਚੱਲ ਚੱਲ ਵੀ ਸਟਾਰਟ ਹੋ ਗਈ ਬਾਰਿਸ਼ ਹੀ, ਕੈਨਮੈਂਟ ਸ਼ੁਰੂ ਆ। ਅੱਜ ਮੀਂਹ ਦੇ ਮਤਲਬ ਐਂ ਲੱਗਦਾ ਵੀ ਜੇ ਵਧੀਆ ਮੀਂਹ ਪਊਗਾ, ਠੰਡ ਕਰਕੇ ਜਾਊਗਾ ਰਾਤ। ਆਹ ਉੱਪਰ ਦੇਖ ਸਕਦੇ ਪੂਰੀ ਤਿਆਰੀ ਆ, ਪੂਰਾ ਸਮਾਨ ਤੁਹਾਨੂੰ ਘੁੰਮਾ ਕੇ ਦੇਖਾ। ਦੇਖ ਸਕਦੇ ਹੋ ਤੁਸੀਂ ਅੱਜ ਰੌਕੀ ਵੀ ਪੂਰਾ ਖੁਸ਼ ਅੱਜ ਰੌਕੀ ਖੁਸ਼ ਆ ਤੂੰ ਅੱਜ ਹੋ ਰੌਕੀ ਰੌਕੀ ਖੜਾ ਹੋ ਆ ਜਾ ਹੋ ਰੌਕੀ ਰੌਕੀ ਆ ਜਾ ਅੱਜ ਖੁਸ਼ ਆ ਪੂਰਾ ਰੌਕੀ ਅੱਜ ਵਾਰਸ਼ਾ ਚੱਕ ਲਾ ਅੱਛਾ ਵੀ ਸਟਾਰਟ ਹੋ ਗਈ ਬਾਰਿਸ਼ ਬਾਈ ਜੀ। ਚਲੋ ਭਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਪਰਮਾਤਮਾ ਕਰੇ ਵੀ ਸਾਰੇ ਪਾਸੇ ਠੰਡ ਹੋਵੇ ਯਾਰ, ਬਹੁਤ ਗਰਮੀ ਆ। ਗਰਮੀ ਨੇ ਲੋਕਾਂ ਨੂੰ ਤਾਂ ਪਰੇਸ਼ਾਨ ਕੀਤਾ ਹੀ ਕੀਤਾ, ਜਿਹੜੀ ਆ ਝੋਨੇ ਦੀ ਪਨੀਰੀ ਲੱਗ ਰਹੀ ਹੈ ਇਹ ਵੀ ਬਹੁਤ ਮਤਲਬ ਚੱਲ ਨਹੀਂ ਰਹੀ, ਕਿਸੇ ਦੀ ਪਨੀਰੀ ਮੱਚ ਚੁੱਕੀ ਆ, ਕਿਸੇ ਦੀ ਖਰਾਬ ਹੋਈ ਜਾਂਦੀ ਆ। ਉਹਦੇ ਲਈ ਜਿਹੜੀ ਬਾਰਿਸ਼ ਆ ਉਹਦੇ ਬਚਾਅ ਲਈ ਬਹੁਤ ਚੰਗੀ ਆ। ਸਾਰੇ ਦੁਆ ਕਰੋ ਕਿ ਭਾਈ ਵਰਸੇ ਵੀ। ਯਾਰ ਵੇਟਿੰਗ ਤਾਂ ਇਹ ਆ, ਕਣੀਆਂ ਮੋਬਾਈਲ 'ਤੇ ਪਈ ਜਾਂਦੀਆਂ ਵੀ ਜਿਹੜੀ ਬਿਜਲੀ ਲਿਸਕੀ ਉਹਦੀ ਰਿਕਾਰਡ ਕਰਨਾ ਉਹਨੂੰ, ਕੋਸ਼ਿਸ਼ ਆਪਣੀ ਇਹ ਆ। ਹੁਣ ਵੇਖਦੇ ਹਾਂ ਕਿ ਤੂੰ ਅੰਦਰੋਂ ਰਿਕਾਰਡ ਹੋ। ਦਿਖਾਉਣੇ ਆ ਤੁਹਾਨੂੰ ਜੀ ਬਾਰਿਸ਼ ਆ ਚੁੱਕੀ ਆ ਜੀ। ਚਲੋ ਜੀ ਆਪਣਾ ਇਹ ਜ਼ਿਲ੍ਹਾ ਬਠਿੰਡਾ ਪਿੰਡ ਗੋਨਿਆਣਾ ਕਲਾਂ,
ਉੱਥੋਂ ਦੀ ਲੋਕੇਸ਼ਨ ਦਿਖਾ ਰਹੇ ਹਾਂ। ਚਲੋ ਜੀ ਧੰਨਵਾਦ।